ਮਲੇਰਕੋਟਲਾ ਦੇ ਐਲਆਈਸੀ ਦਫ਼ਤਰ ਦੇ ਅੱਗੇ ਕਾਂਗਰਸ ਪਾਰਟੀ ਦੇ ਆਗੂਆਂ ਨੇ ਸਾਬਕਾ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਧਾਨ ਜਸਪਾਲ ਦਾਸ ਹੱਥਨ ਦੀ ਅਗਵਾਈ ਹੇਠ ਕਾਂਗਰਸ ਦੀ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਤੇ ਧਰਨਾ ਦਿੱਤਾ। ਇਸ ਮੌਕੇ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਨੇ ਵੱਡੇ ਘਰਾਣਿਆਂ ਨਾਲ ਮਿਲ ਕੇ ਲੋਕਾਂ ਦਾ ਪੈਸਾ ਜੋ ਐਲਆਈਸੀ ਤੇ ਬੈਂਕਾਂ ਵਿੱਚ ਰੱਖਿਆ ਗਿਆ ਸੀ ਉਸ ਨੂੰ ਖੇਰੂ ਖੇਰੂ ਕਰਕੇ ਰੱਖ ਦਿੱਤਾ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਨੇ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਵਿੱਚ ਵਾਧਾ ਕਰਕੇ ਲੋਕਾਂ ਨਾਲ ਧੱਕਾ ਕੀਤਾ ਹੈ। ਲੋਕ ਇਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਇਸ ਮੌਕੇ ਕਾਂਗਰਸ ਦੇ ਆਗੂ ਅਤੇ ਵਰਕਰ ਹਾਜ਼ਰ ਸਨ। ਮਲੇਰਕੋਟਲਾ ਤੋਂ ਅੱਜ ਦੀ ਆਵਾਜ਼ ਲਈ ਸਰਾਜਦੀਨ ਦਿਓਲ ਦੀ ਰਿਪੋਰਟ। ਹਾਂਜੀ ਪ੍ਰਧਾਨ ਜੀ, ਅੱਜ ਦਾ ਪ੍ਰੋਗਰਾਮ ਜਿਹੜਾ ਧਰਨਾ ਲਾਇਆ ਕਿਸ ਵਜੇ ਚੱਲਾ? ਇਹ ਜਿਹੜਾ ਅੱਜ ਦਾ ਧਰਨਾ ਸਾਡਾ ਘਰਾਣਿਆਂ ਦੇ ਖਿਲਾਫ਼ ਆ। ਅੱਜ ਜਿਹੜੀ ਆਮ ਆਦਮੀ BJP ਸੈਂਟਰ ਦੇ ਵਿੱਚ ਬੈਠੀ ਆ ਉਹ ਚੰਦ ਲੋਕਾਂ ਨੂੰ ਫਾਇਦਾ ਚੁਕਾ ਰਹੀ ਹੈ, ਜਿਹਦੇ ਵਿੱਚ ਤੁਸੀਂ ਦੇਖਿਆ ਹੀ ਆ ਕਿ 8 ਲੱਖ ਕਰੋੜ ਰੁਪਏ ਦਾ LIC ਅਤੇ SBI ਹੋਰ ਸਰਕਾਰੀ ਬੈਂਕਾਂ ਦਾ ਪੈਸਾ ਲੁੱਟਿਆ ਜਾ ਰਿਹਾ, ਸਰੇਆਮ ਲੁੱਟਿਆ ਜਾ ਰਿਹਾ, ਅਤੇ BJP ਸੈਂਟਰ ਸਰਕਾਰ ਇਹਦੇ 'ਤੇ ਬਿਲਕੁਲ ਚੁੱਕੀਧਾਰੀ ਬੈਠੀ ਹੈ। ਅਤੇ ਉਸੇ ਤਰ੍ਹਾਂ ਆਪਣੇ ਪੰਜਾਬ ਦੇ ਵਿੱਚ ਹੋ ਰਿਹਾ ਚੂਹੀ ਬਿੱਲੀ ਬਿੱਲੀ ਜਾ ਕੇ ਖੇਲਿਆ ਜਾ ਰਿਹਾ। ਪੰਜਾਬ ਦੇ ਵਿੱਚ ਇਸ ਦਾ ਜੁਮਲੇਬਾਜ਼ੀ ਤੋਂ ਕੁਛ ਨਹੀਂ ਹੋ ਰਿਹਾ, ਲੋਕਾਂ ਨੂੰ ਗੁੰਮਰਾਹ ਬੇਵਕੂਫ ਬਣਾਇਆ ਜਾ ਰਿਹਾ ਪੈਸੇ ਦੇ। ਇੱਥੇ ਵੀ ਦੇਖ ਲਓ, ਪੰਜਾਬ ਦੇ ਦੇਖ ਲਓ, ਕਿਸੇ ਵੀ ਜਗ੍ਹਾ ਕੋਈ ਕੰਮ ਨਹੀਂ ਕਰ ਰਿਹਾ, ਜੁਮਲੇਬਾਜ਼ੀ ਕਰ ਰਿਹਾ, ਚੰਗੀਆਂ ਨੌਕਰੀਆਂ ਦੇ ਨੌਕਰੀਆਂ ਵੀ ਕਿਹਨੂੰ ਮਿਲੀਆਂ ਨੇ, ਹਾਲੇ ਕਿਸੇ ਨੂੰ ਕੋਈ ਨੌਕਰੀ ਨਹੀਂ, ਕੋਈ ਲੈਟ ਨਹੀਂ ਮਿਲੀ, ਕਿਸੇ ਨੂੰ ਕੁਛ ਨਹੀਂ ਮਿਲਿਆ। ਮਲੇਰਕੋਟਲੇ ਦੇ ਵੀ ਇਹੀ ਹਾਲਾਤ ਨੇ। ਮਲੇਰਕੋਟਲੇ 'ਚ ਦੇਖ ਲਓ ਕੰਮ ਜਿਹੜੇ ਮੈਡਮ ਦੇ ਏਰੀਆ ਨੇ ਚਲਾਏ ਹੋਏ, ਕੁਛ ਲੋਕ ਉਹੀ ਕੰਮ ਚੱਲ ਰਹੇ ਨੇ, ਉਸ ਤੋਂ ਇਲਾਵਾ ਸਾਰੇ ਕੰਮ ਦਮ ਪੈਣੇ, ਨਵੇਂ ਸਿੱਧੋ ਕੋਈ ਪੈਸਾ ਨਹੀਂ ਲੈ ਕੇ ਆਏ, ਨਾ ਕੋਈ ਨਵਾਂ ਕੰਮ ਚਲਾਇਆ। ਮੈਡੀਕਲ ਕਾਲਜ ਜਿੱਥੇ ਖੜਾ ਉੱਥੇ ਮੀਂਹ ਪੱਥਰ ਕਿਆ ਖੜਾ, ਉਲਟ ਗੁੰਮਰਾਹ ਕੀਤਾ ਜਾ ਰਿਹਾ ਕਿ ਇਹ ਹਾਲੇ ਸਟੇਅ ਹੋਈ ਹੈ, ਕੋਈ ਸਟੇਅ ਨਹੀਂ ਹੈਗੀ, ਸਾਰਾ ਕੁਛ ਕਲੀਅਰ ਹੈ, ਬਸ ਇਹ ਨੀਅਤ ਦੇ ਵਿੱਚ ਕਮੀ ਹੈ ਕਿ ਉਹਨੂੰ ਸ਼ੁਰੂ ਕੰਮ ਕਰਾਇਆ ਜਾਵੇ ਤਾਂ ਕਿ ਪੰਜਾਬ ਦੀ ਮਲੇਰਕੋਟਲੇ ਨੂੰ ਵੀ ਕਿਸੇ ਜਗ੍ਹਾ 'ਤੇ ਬਿਠਾਇਆ ਜਾਵੇ, ਵਧੀਆ ਸੂਬਾ ਬਣਾਇਆ ਜਾਵੇ। ਚਾਹੀਦਾ ਕਿ ਐਮਐਲਏ ਸਾਹਿਬ ਨੂੰ ਕਿ ਮਲੇਰਕੋਟਲੇ ਵੱਲ ਵੀ ਥੋੜ੍ਹਾ ਜਿਹਾ ਧਿਆਨ ਦੇਣ, ਇਸ ਦਾ ਕੰਮ ਕਰਾਉਣ। ਠੀਕ ਆ, ਵਧੀਆ ਗੱਲ ਹੈ ਜੀ, ਮੈਡਮ ਨੇ ਪੈਸੇ ਲੈ ਕੇ ਦਿੱਤੇ, ਐਮਐਲਏ ਸਾਹਿਬ ਦਾ ਤਾਂ ਹੱਕ ਬਣਦਾ ਕਿ ਉਹਨੂੰ ਕੰਮ ਨੂੰ ਕੰਪਲੀਟ ਤਰੀਕੇ ਨਾਲ ਕਰਾ ਲਿੱਤਾ ਜਾਵੇ, ਤਾਂ ਵਧੀਆ ਗੱਲ ਹੈ।